ਨਿਜ਼ਾਮ ਅਬਦੁਲ ਮਜੀਦ ਜਿਹੜਾ ਹੁੰਦਾ ਸੀ ਨਾ, ਇਹਦਾ ਵਾਲਦ ਅਬਦੁਰਮਾਨ ਅਬਦੁਲ ਮਜੀਦ ਜੀ, ਅਬਦੁਲ ਅਲੀ ਸ਼ੇਰਾਂ ਦਾ, ਹਾਂਜੀ ਹਾਂਜੀ, ਅੱਛਾ ਜੀ, ਅੱਛਾ ਜੀ, ਇਹਨਾਂ ਦਾ ਵਾਲਦ ਅਬਦੁਰਮਾਨ ਹੁੰਦਾ ਤਾ, ਉਹ ਬੜਾ ਖਬਰਦਾਰ ਬੰਦਾ ਤਾ। ਅੱਛਾ ਜੀ। ਇੱਕ ਹੁੰਦਾ ਤਾ ਸ਼ੇਰ ਬੰਦੇ ਦਾ ਸ਼ਫੀ, ਇੱਕ ਹੁੰਦਾ ਤਾ ਮੌਲੀ ਮੁਹੰਮਦ, ਹੈ ਜੀ। ਯਾਨੀ ਕਿ ਇਸ ਤਰ੍ਹਾਂ ਦੇ ਬੰਦੇ ਤਿੰਨ ਚਾਰ ਆਗੂ ਹੁੰਦੇ ਤੇ, ਇਹ ਨਿਜ਼ਾਮ ਸਾਰਾ ਇਹਨਾਂ ਦੇ ਹੱਥ ਚ ਹੁੰਦਾ ਸਾ। ਰੋਟੀ ਟੋਕ ਆਏਗਾ ਇਹਦਾ ਜੋ ਕੁਛ ਵੀ ਸਾ, ਬਾਕੀ ਹੋਰ ਜਿਹੜੇ ਮੁਖਤਲਿਫ ਹੈ ਪਿੰਡ ਦੇ ਵਿੱਚ, ਜਿਸ ਤਰ੍ਹਾਂ ਕਿ ਆਪਣਾ ਬਾਜਾ ਬਾਜਾ ਰਿਹਾ ਇਹਨਾਂ ਦਾ। ਉਸ ਤੋਂ ਬਾਅਦ ਬਸ ਹੋਣਾ ਇੱਕ ਦਿਨ ਦਾ, ਦੋ ਦਿਨ ਦਾ ਜਲਸਾ ਕਾਹਦਾ, ਆਹੋ ਹੁਣ ਤਾਂ ਘੰਟਿਆਂ ਦਾ ਹੁੰਦਾ, ਇੱਕ ਦਿਨ ਦਾ ਵੀ ਨਹੀਂ, ਨਕਲਾਂ ਕਰਦੇ ਘੰਟਿਆਂ ਦਾ ਹੁੰਦਾ ਉੱਥੇ। ਉਹ ਤਿੰਨ ਦਿਨ 80-89 ਦੂਰ ਦੂਰ ਦੇ ਬੰਦੇ ਆਉਂਦੇ ਤੇ, ਜੰਡਾ ਵਾਲੇ ਜੋ ਕੁਛ ਵੀ ਹੈਗਾ ਤਾਂ ਸਾਰੇ ਆਉਂਦੇ ਹੁੰਦੇ ਸੀ। ਪਿੰਡ ਦੇ ਪੁਰਾਣੇ ਬਾਬੇ ਕਿਹੜੇ ਕਿਹੜੇ ਦੇਖੇ ਹੋਏ ਆ ਤੁਸੀਂ? ਕਿਸੇ ਦਾ ਨਾਂ ਲਓ ਬਾਬੇ, ਮੈਂ ਆਪਣੇ ਬਾਬੇ ਦੇ ਬਾਬੇ ਵੀ ਦੇਖੇ। ਅੱਛਾ, ਤੁਸੀਂ ਉਹ ਦੱਸ ਦੋ ਵੱਡੇ ਖਾਨਦਾਨਾਂ ਚੋਂ, ਬਾਬਾ ਵੱਡੇ ਖਾਨਦਾਨਾਂ ਚੋਂ ਤੁਸੀਂ ਉਹ ਦੱਸ ਦੋ ਨਾ, ਅਬਦੁਰਮਾਨ ਮੋਟਾ, ਬਾਬਾ ਬੰਨਾ, ਬਾਬਾ ਬੰਨਾ, ਅਬਦੁਰਮਾਨ ਮੋਟਾ, ਅਲੀ ਸ਼ੇਰ, ਮੀਆਂ ਜੀ ਅਬਦੁਲ ਫੂਰ ਦੇ ਵਾਲਦ, ਤੇ ਮੇਰਾ ਖਿਆਲ ਬਾਬੇ ਚੂੜਿਆਂ ਦਾ ਕੋਈ ਨਹੀਂ ਮੈਂ ਛੱਡਿਆ। ਨੰਬਰਦਾਰਾਂ ਦੇ ਨੰਬਰਦਾਰਾਂ ਦੇ ਜਿਹੜੇ ਨੰਬਰਦਾਰ ਅਬਦੁਲਮਾਨ ਅਦੂਏ, ਹੀਰਾ ਦੇਖਿਆ, ਹੀਰਾ ਹੀਰਾ ਨੰਬਰਦਾਰ ਦੇਖਿਆ, ਦੇਖਿਆ ਹੀਰਾ ਨੰਬਰਦਾਰ ਦੇਖਿਆ। ਅੱਛਾ ਅੱਛਾ, ਚਲੀਆਂ ਅੱਛੀ ਜਰਾਂ ਨਾਲ ਦੇਖਿਆ, ਮਿੰਬਰਾਂ ਦਾ ਬੁੜਾ ਵੀ ਦੇਖਿਆ। ਅੱਛਾ, ਲਾਹੀਦਿਆਂ ਦਾ ਬੁੜਾ ਵੀ ਦੇਖਿਆ, ਬਾਕੀ ਜਿਹੜੇ ਸਾਡੇ ਸੈਨ ਪੁੱਜੇ ਦੇ, ਇਹਨਾਂ ਸਾਰੇ ਬੁੜੇ ਦੇਖੇ। ਅੱਛਾ, ਇਹਨਾਂ ਦਾ ਇਹਨਾਂ ਦਾ ਖਾਨਦਾਨ, ਬਾਕੀ ਗਾਦੜੀਆਂ ਦਾ ਖਾਨਦਾਨ, ਅੱਗੇ ਅਗਲਾ ਸਾਡਾ ਖਾਨਦਾਨ, ਅੱਗੇ ਫਿਰ ਅਗਲਾ ਸਾਡਾ ਖਾਨਦਾਨ, ਅੱਗੇ ਫਿਰ ਅਗਲੇ ਜਿਹੜੇ ਖਾਨਦਾਨ, ਸਾਰੇ ਬੁੜੇ ਦੇਖੇ। ਔਰ ਬੁੜੇ ਤੇ ਚੰਗੇ ਬੰਦੇ ਤੇ, ਮੈਂ ਕਿਹਾ ਚੰਗੇ ਬੰਦੇ ਕਿਉਂ ਨਾ, ਜਦੋਂ ਸਕੂਲ ਚ ਅਸੀਂ ਆਉਣਾ, ਬਾਬੇ ਬੰਨੇ ਨੇ ਇੱਥੇ ਡੇਰਾ ਬਣਾਇਆ ਸੀ। ਅੱਛਾ, ਮੇਰਾ ਖਿਆਲ ਪੌੜਾ ਗੀਲਾ ਗੀਲਾ ਛੱਡੇ ਸੀ, ਉਹਦੇ ਮਾਲ ਬੰਦੇ ਜਾ ਕੇ ਬਹਿੰਦੇ ਤੇ, ਇਸ ਪਾਸੇ ਪਿੱਪਲ ਹੁੰਦਾ ਤਾ, ਬਾਕੀ ਇੱਥੇ ਟਾਹਲੀਆਂ ਤੇ ਸ਼੍ਰੀ ਹੁੰਦੇ ਤੇ ਰਸੂੜੀ ਤੇ। ਅਸੀਂ ਆਉਣਾ ਸਕੂਲ ਤੇ ਸਭ ਤੇ ਪੜ੍ਹ ਕੇ, ਉਹ ਤੁਸੀਂ ਆ ਗਏ, ਅਸੀਂ ਕਿਹਾ ਬਾਬਾ ਆ ਗਏ, ਜਾਓ ਰੋਟੀ ਖਾ ਲਓ, ਰੋਟੀ ਖਾ ਲੇ, ਰੋਟੀ ਖਾ ਕੇ ਤੁਸੀਂ ਮੇਰੇ ਕੋਲ ਨੂੰ ਆਇਓ। ਅੱਛਾ, ਜਿਸ ਅਸੀਂ ਉਹਨਾਂ ਕੋਲ ਨੂੰ ਆ ਜਾਣਾ, ਹਾਂ ਬਾਬਾ ਆ ਫੱਟੀਆਂ ਬੜੀਆਂ ਧੋਵੋ, ਇਹਨੂੰ ਗਾਜੜੀ ਮਲੋ। ਅੱਛਾ, ਗਾਜੜੀ ਮਲਤੀ, ਜਦ ਥੋੜੀ ਜਿਹੀ ਬੱਤਰ ਹੋਣੀ, ਮੇਰੇ ਕੋਲ ਨੂੰ ਲਿਆਓ, ਉਹਨੇ ਕਲਮ ਦੇ ਨਾਲ ਸਾਨੂੰ ਪੂਰਨੇ ਪਾ ਕੇ ਦੇਣੇ। ਅੱਛਾ, ਲਓ ਜਿਸ ਸੁੱਕ ਜਾਣ ਸਿਆਹੀ ਜਾਣ, ਇਹਨੂੰ ਲਿਖਿਆ ਸਿਆਹੀ ਨਾਲ ਲਿਖੋ। ਅੱਛਾ, ਉਦੋਂ ਕੰਮ ਬੜੇ ਤੇ ਹਨਾ, ਫਲੇ ਗਾਉਣੇ ਕੰਮ ਬੜੇ ਤੇ ਉਦੋਂ, ਹੁਣ ਕੰਮ ਨਹੀਂ ਰਹਿ ਗਿਆ। ਕਿਆ ਬਾਤ, ਕਿਆ ਬਾਤ, ਕਣਕ ਦੇ ਦਿਨਾਂ ਚ ਮਰੱਬਿਆਂ ਚ ਰੌਣਕਾਂ ਹੋਣੀਆਂ। ਮੈਂ ਕਿਹਾ ਰੌਣਕਾਂ ਕਿਆ ਹੋਣੀਆਂ, ਡੇਰੇ ਬਣੇ ਤੇ ਪਾਣੀ ਦੇ ਇੰਤਜ਼ਾਮ ਤੇ, ਮਾਈਆਂ ਭੈਣਾਂ ਨੇ ਰੋਟੀਆਂ ਲੈ ਕੇ ਲਿਜਾਣੀ, ਜਾ ਕੇ ਦੇ ਕੇ ਆਉਣੀਆਂ। ਹੁਣ ਜੇ ਕਹੀ ਜਾ ਰੋਟੀ ਘਰੇ ਖਾ ਜਾ, ਮੈਂ ਜਾ ਰਹੀ ਹੁਣ, ਜ਼ਿਮੀਂਦਾਰਾਂ ਨੂੰ ਮੂੰਹ ਨੀ ਮੋੜਨ ਦਿੰਦੀਆਂ ਤੀਆਂ ਮਾਵਾਂ ਭੈਣਾਂ, ਜਦ ਰੋਟੀ ਮਰਬੇ ਪਹੁੰਚ ਜਾਂਦੀ ਸੀ। ਹੁਣ ਤਾਂ ਕਹਿੰਦੀ ਘਰ ਖਾ ਕੇ ਜਾ, ਮੇਚੇ ਆ ਰਹੀ ਹੋਣਾ, ਨਿਆਣਿਆਂ ਨੇ ਨਾਲ ਰੋਂਦਿਆਂ ਨੇ, ਚੀਕਦਿਆਂ ਨੇ, ਪੁਕਾਰਦਿਆਂ ਨੇ ਜਾਣਾ, ਹੈ ਜੀ, ਉੱਥੇ ਪਹੁੰਚ ਜਾਣਾ ਮਰਬੇ। ਉਹਨਾਂ ਨੇ ਕੰਮ ਕਰਨਾ, ਉਹਨਾਂ ਦੀਆਂ ਸਿਹਤਾਂ ਸੀਗੀਆਂ, ਹੁਣ ਕੰਮ ਨਹੀਂ ਕਰਦੀਆਂ, ਹੁਣ ਇਹਨਾਂ ਦੀ ਸਿਹਤਾਂ ਕੋਈ ਨਹੀਂ, ਕੋਈ ਨਹੀਂ, ਬਸ ਕੰਮ ਨਾ ਬੰਦਿਆਂ ਦੇ ਰਹਿ ਗਏ, ਨਾ ਬੁੱਢੀਆਂ ਦੇ, ਕਿਸੇ ਦੇ ਕੰਮ ਨਹੀਂ ਰਹਿ ਗਿਆ ਹੁਣ ਬਾਈ। ਬੰਦੇ ਦਾ ਹਲੇ ਮਾੜਾ ਮੋਟਾ ਕੁਛ ਨੂੰ ਕਰੇ, ਬੰਦੇ ਦਾ ਮਾੜਾ ਮੋਟਾ ਕਰਦੇ ਆ, ਉਹ ਕੰਮ ਨਹੀਂ ਕਰਦੇ ਹੈਗੇ। ਲੇਕਿਨ ਜਨਾਨੀਆਂ ਦਾ ਕੰਮ ਬਿਲਕੁਲ ਕੋਈ, ਨਾ ਕੱਚਣਾ, ਨਾ ਪੀਣਾ, ਨਾ ਪੱਠੇ, ਨਾ ਘਾਹ, ਕੋਈ ਚੀਜ਼ ਨਹੀਂ। ਅੱਗੇ ਕੱਤਣਾ ਵੀ ਹੁੰਦਾ ਤਾ, ਪੀਣਾ ਵੀ ਹੁੰਦਾ ਤਾ, ਚੱਕੀ ਚੱਲਦੀ ਹੁੰਦੀ ਸੀ। ਹਾਂ, ਫਿਰ ਉਹਨਾਂ ਨੇ ਕਿਆ ਕਰਨਾ, ਦੁੱਧ ਰਿੜਕਣੇ, ਸਭ ਕੁਛ ਕਰਨਾ, ਹੈ ਜੀ। ਫਿਰ ਉਸ ਵਕਤ ਉਹਨਾਂ ਦੀਆਂ ਸਿਹਤ ਆਉਂਦੀਆਂ ਸੀ, ਹੁਣ ਮੁੰਡ ਕਿਲੋ ਦੇ ਮੁੰਡ ਟੁੱਟੀ ਹੋਵੇ, ਉੱਥੇ ਤੇ ਜਾਣਾ ਨਾ ਪਵੇ, ਫਿਰ ਹਕੀਕਤ ਜਾਣੋ, ਮੁਲਾਜ਼ਮਤ ਕੀਤੀ ਆ, ਦੋ ਸ਼ਲਵਾਰਾਂ ਸਾਦਗੀ ਦੇ ਵਿੱਚ ਰਹੇ,
ਇਹ ਨਹੀਂ, ਸਾਦਗੀ 'ਚ ਰਹੇ, ਆਪਣੇ ਹਕੂਕ ਅਦਾ ਕਰਦੇ ਰਹੇ। ਅੱਛਾ ਇਹ ਗੱਲ ਦੱਸੋ, ਕਦੇ ਤੁਸੀਂ ਕਿਸੇ ਦੇ ਨਿਆਣੇ ਨੂੰ ਕੁੱਟਿਆ ਹੋਵੇ, ਉਹਨੇ ਤੁਹਾਨੂੰ ਪੁੱਛਿਆ ਹੋਵੇ ਵੀ ਕਿਉਂ ਮਾਰਿਆ ਮੇਰੇ ਮੁੰਡੇ ਨੂੰ, ਕੋਈ ਕਦੇ ਹਾਂ, ਹੋਇਆ? ਇੱਕ ਵਾਰ ਚੜੋਇਆ ਦਾ ਮੁੰਡਾ ਤਾ, ਜਿਸਮ ਦਾ ਵੀ ਬਾਰੀਕ ਥਾ, ਤੀਸਰੀ ਜਮਾਤ 'ਚ ਪੜ੍ਹਦਾ ਤਾ, ਉਹਨੇ ਗਲਤੀ ਕੀਤੀ, ਉਹਨੂੰ ਮੈਂ ਮਾਰਿਆ। ਉਹ ਥਾ ਬਰੀਕ ਜਾਣਦਾ, ਉਹਨੂੰ ਕੁਝ ਜ਼ਿਆਦਾ ਤਕਲੀਫ ਹੋਈ। ਉਹ ਆਏ ਮੇਰੇ ਕੋਲ, ਮੈਂ ਕਿਹਾ ਦੇਖੋ ਬਈ ਠੀਕ ਆ, ਇਸਨੇ ਗਲਤੀ ਕੀਤੀ, ਇਹਨੂੰ ਇੰਨੀ ਕੁ ਸਜ਼ਾ ਦਿੱਤੀ ਆ ਵੀ ਜਿਹੜੀ ਕਿ ਇਹਦੇ ਵਾਕਈ ਤਾਕਤ 'ਤੇ ਜ਼ਿਆਦਾ, ਉੱਥੋਂ ਬਦਲਾ ਦੀ ਹੋ ਗਿਆ ਬਸ। ਬਾਕੀ ਇੱਥੇ ਆ ਕੇ ਬਾਬੇ ਹੋਰ 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 ਸਕੂਲ 'ਚ ਇਸ ਤਰ੍ਹਾਂ ਕਦੇ ਨਹੀਂ, ਇੱਥੇ ਆ ਕੇ ਬਾਬਾ ਗਲੀ ਹੁੰਦਾ ਤਾ, ਅਬਦੁਲ ਗਲੀ ਨੂਰਲਾ ਹੁੰਦਾ ਤਾ, ਇਹ ਸਾਰੇ ਹੁੰਦੇ ਤੇ, ਇਹਨਾਂ ਨੇ ਜੋ ਕੁਛ ਵੀ ਤਾ ਮੇਰੇ ਸਿਰ 'ਤੇ ਸਿੱਟਿਆ ਸੀ। ਕੋਈ ਗੱਲ ਹੋਣੀ ਬਾਬੇ ਗਲੀ ਨੇ ਕਹਿਣਾ ਤਾ, ਮੈਂ ਕਿਹਾ ਬਾਬਾ ਮੈਂ ਕਰੂੰਗਾ, ਫਿਰ ਤੈਨੂੰ ਮੰਨਣੀ ਬਣੀ? ਕਹਿੰਦਾ ਹਾਂ ਬਿਲਕੁਲ ਮੰਨੂੰਗਾ। ਇੱਕ ਵਾਰ ਦੋ ਮੁੰਡਿਆਂ ਨੇ ਐਸੀ ਹਰਕਤ ਕੀਤੀ ਜਿਹੜੀ ਕਿ ਬਾਬੇ ਦੇ ਸਮਝ ਤੇ ਬਾਹਰ, ਮੈਨੂੰ ਕਹਿਣ ਲੱਗਿਆ ਹਰਕਤ ਹੋ ਗਈ। ਮੈਂ ਉਹਨੂੰ ਕਹਿ ਲਿਆ ਆਓ ਵੀ ਇੱਧਰ, ਇੱਕ ਡੀਸੀ ਹੋਵੇ, ਇੱਕ ਇਹਨਾਂ ਦਾ ਦੂਆ ਦਾ ਮੌਲਜਾਂ ਦਾ ਮੁੰਡਾ, ਇਹ ਦੋ ਮੁੰਡਿਆਂ ਨੇ ਇਹਨਾਂ ਨੂੰ ਕਹਿੰਦਾ ਪੁੱਛ। ਮੈਂ ਇਸ ਤਰ੍ਹਾਂ ਖੜੇ ਕਰ ਲਿਆ, ਮੈਂ ਕਿਹਾ ਵੀ ਹਾਂ ਜੋ ਕੁਛ ਤੁਸੀਂ ਕੀਤਾ ਮੈਨੂੰ ਸਹੀ ਸਹੀ ਦੱਸੋ। ਕਹਿਣ ਲੱਗੇ ਅਸੀਂ ਆਹ ਕੁਛ ਕੀਤਾ। ਮੈਂ ਕਿਹਾ ਬਾਬਾ ਆਹ ਕੁਛ ਕੀਤਾ ਇਹਨਾਂ ਨੇ? ਕਹਿੰਦਾ ਇਹਨਾਂ ਨੂੰ ਸੱਚ ਬੋਲ ਗਿਆ, ਸੱਚ ਬੋਲ ਗਿਆ ਨਾ, ਸੱਚ ਬੋਲ ਗਿਆ। ਜਿਹੜਾ ਵੀ ਕੰਮ ਹੋਣਾ ਬਾਬੇ ਗਰੀ ਨੇ ਮੈਨੂੰ ਕਹਿਣਾ ਆ ਕਰ। ਇੱਕ ਵਾਰ ਇਹਦੀ ਰਿਪੇਅਰ ਸ਼ਪੇਅਰ ਅਸੀਂ ਆਪ ਹੀ ਕਰਾਉਂਦੇ ਹੁੰਦੇ ਤੇ, ਲਗੋਟੇ ਵੱਢ ਰਹੇ ਨਾਲ ਮੁੰਡਿਆਂ ਚੱਲ ਪੈਣਾ, ਮੌਲਵੀ ਅਹਿਮਦ ਕਰ ਉਹ ਕੁਛ ਸਾਡੇ ਨਾਲ ਖਾਸ ਕਰ ਚੁਭਦਾ ਤਾ, ਬਾਬੇ ਗਰੀ ਦਾ ਜਮਾਤੀ ਤਾ ਸਾਡੇ ਨਾਲ ਚੁਭਦਾ ਤਾ ਕੁਛ। ਉਹਨੇ ਜਿਸ ਹੁੱਕਾ ਮੈਂ ਆਪਣਾ ਧਰ ਕੇ ਲਿਜਾਣਾ ਘਰ ਤੇ, ਉਹਨੇ ਲੋਕਾਂ ਨੂੰ ਕਹਿਣਾ ਮਾਸਟਰ ਜਮੀਲ ਰੱਖੇ ਹੁੱਕਾ ਤਾਂ ਲਿਜਾਂਦਾ। ਉਹ ਕਹਿਣ ਲੱਗੇ ਬੰਦੇ ਲੈਦੇ ਆ, ਉਹ ਆਪਣੇ ਘਰੋਂ ਲਿਜਾਂਦਾ, ਅਸੀਂ ਵੀ ਜਾ ਕੇ ਪੀਂਦੇ ਹਾਂ, ਔਰ ਸਕੂਲ ਟਾਈਮ 'ਤੇ ਬਾਹਰ ਨਹੀਂ ਉਹ ਪੀਂਦੇ, ਉਹ ਜੇ ਪੀਂਦੇ ਆ ਤਾਂ ਜਦੋਂ ਛੁੱਟੀ ਹੁੰਦੀ ਆ ਉਸ ਵੇਲੇ ਪੀਂਦੇ ਆ, ਅਸੀਂ ਜਾ ਕੇ ਪੀਂਦੇ, ਉਹਦਾ ਹੁੱਕਾ ਚੱਲਦਾ ਹੁੰਦਾ ਸੀ, ਉਹ ਪੰਜ ਖੂੰਜੇ ਰੱਖਿਆ ਹੁੰਦਾ ਉੱਥੇ ਪੀ ਕੇ ਚੜ ਜਾ। ਉਹਨੇ ਆਉਣਾ, ਅਸੀਂ ਕਿਹਾ ਮੌਲਵੀ ਆਹ ਜਮਾਤਾਂ ਬੈਠੀਆਂ, ਇਹ ਜਮਾਤਾਂ ਨੂੰ ਚੈੱਕ ਕਰ ਜੇ ਤੂੰ ਕਾਬਲ ਆ, ਜਮਾਤਾਂ ਨੂੰ ਚੈੱਕ ਨਹੀਂ ਕਰ, ਲੇਕਿਨ ਉਹਦੀ ਆਦਤ ਹੀ ਹੈ, ਆਦਤ ਮਜਬੂਰ ਤੇ ਹੋ ਜੀ ਆ ਗੱਲ ਹੈ। ਬਾਕੀ ਜੇ ਰਿਪੇਅਰ ਦੇ ਇੱਕ ਸਾਲ ਕਹਿਣ ਲੱਗਿਆ ਰਿਪੇਅਰ ਮੈਂ ਕਰਾਉਣੀ ਆ ਮਾਸਟਰ, ਬਾਬਾ ਕਦਾਂ ਕਰਾ ਬਾਈ? ਲਓ ਜੀ 3 ਮਹੀਨੇ ਇਸੇ ਤਰ੍ਹਾਂ ਆਪਣੀ ਜਦੋਂ ਜਹਿਜ ਲੱਗਿਆ ਰਿਹਾ, ਕਿਸੇ ਨੇ ਹਾਂ ਨਾ ਕੀਤੀ। ਅਖੀਰ ਬਾਬੇ ਨੂੰ ਕਹਿਣ ਲੱਗਿਆ ਵੀ ਬਾਬਾ ਆਪੇ ਕਰਾ ਲਵਾ, ਬਾਬਾ ਮੈਨੂੰ ਕਹਿਣ ਲੱਗਿਆ, ਉਹਨੇ ਇਨਕਾਰ ਕਰ ਦਿੱਤਾ। ਮੈਂ ਕਿਹਾ ਫਿਰ ਹੋਰ? ਕਹਿੰਦੇ ਫਿਰ ਆਪਾਂ ਨੇ ਕਰਨੀ ਹੈ। ਮੈਂ ਕਿਹਾ ਫਿਰ ਕਰਦੇ ਹਾਂ, ਚਾਹ ਲਾ ਦੇ, ਚਾਹ ਲਾ ਕਰਦੇ। ਕਹਿੰਦਾ ਚਾਹ ਹੋ ਗਈ, ਲੈ ਜੀ ਮੈਂ ਮੁੰਡੇ ਸਕੂਲ ਦੇ ਵਿਖਾ ਜਾਓ ਬਈ, ਚਾਹ ਲੱਗ ਗਏ ਬਈ, ਆਪਾਂ ਨੇ ਰਿਪੇਅਰ ਸਵੇਰ ਤੋਂ ਸ਼ੁਰੂ ਕਰ ਦੇਣੀ ਆ, ਹੈ ਜੀ। ਉਹਨੇ ਚਾਹ ਦਿਆ ਕਰਨੀ, ਅਜੇ ਰਿਪੇਅਰ ਕਰਦੇ ਸੀ। ਲੈ ਬਾਬਾ ਕਹਿੰਦਾ ਕੀਤੀ ਪਈ ਹੈ, ਉਹਨੂੰ ਕਿਹਾ ਗਿਆ ਕੀਤੀ। ਕਹਿੰਦਾ ਬਾਬਾ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ, ਜਿਹੜੀ ਇਹੋ ਜਿਹੇ ਕੰਮ ਰੁਕਾਵਟਾਂ ਪਿੰਡ ਦੇ ਬੰਦੇ ਕਰਦੇ ਕਰਦੇ ਵੀ ਅੱਜ ਇਸ ਤਰ੍ਹਾਂ ਕਿ ਅਸੀਂ 10 ਮਾਮੂ ਕਾਜਣ ਭੇਜਿਆ ਨਾ, ਇਸ ਤਰ੍ਹਾਂ ਸਕੂਲ ਦੇ ਮੁਤਲਕ ਵੀ ਕਰਦੇ ਰਹੇ, 10 ਵੀ ਅਸੀਂ ਮਾਮੂ ਕਾਜਣ ਧੱਕੇ ਨਾਲ ਭੇਜਿਆ। ਅਸੀਂ ਦੇਖਿਆ ਬਾਬਾ ਸੂਹੀ ਇੱਥੇ ਲਿਆ ਕੇ ਗੱਡੀਆਂ ਲੋਹੇ ਦੀਆਂ ਢੇਰੀ ਕਰਦੀਆਂ ਲਿਆ ਕੇ, ਮੈਂ ਇੱਥੇ ਦਰਸ ਬਣਾਉਣਾ। ਫਿਰ ਉਹਨੇ ਕਿਹਾ ਮੈਂ ਉੱਥੇ ਬਣਾ ਲੈਂਦਾ। ਫਿਰ ਪਿੰਡ ਵਾਲਿਆਂ ਨੇ ਕਿਹਾ ਵੀ ਨਹੀਂ ਉੱਥੇ ਵੀ, ਫਿਰ ਕਿਹਾ ਮੈਂ ਉਹ ਕੰਬੀ ਵਾਲੇ 'ਚ ਬਣਾ ਲੈਂਦਾ, ਹੈ ਜੀ ਨਹੀਂ ਉੱਥੇ ਸਾਡੀ ਆਮਦ ਰਫਤਾ ਜਨਾਨੀਆਂ ਨੇ ਆਉਣਾ ਜਾਣਾ, ਅਸੀਂ ਦਰਸ਼ਨ ਬਣਾਉਣਾ ਉੱਥੇ। ਇਹਦਾ ਧੱਕੇ ਨਾਲ ਕੱਢਿਆ ਇੱਥੋਂ, ਧੱਕੇ ਨਾਲ ਕੱਢਿਆ, ਬਦਕਿਸਮਤੀ ਆ। ਬਾਕੀ ਬਾਬੇ ਸੂਬੀ ਨੇ ਇਸ ਪਿੰਡ ਵਾਸਤੇ ਬੜੀ ਜਦੋਜਹਿਦ ਕੀਤੀ, ਬਹੁਤ ਜਦੋਜਹਿਦ। ਅੱਲਾਹ ਤਾਲਾ ਅਜਰ ਦੇਵੇ।